सत श्री अकाल जी, तुसी देख रहे हो चढ़दी कला टाइम टीवी दा सोशल मीडिया प्लेटफॉर्म। मैं हरमन, श्रोमणी अकाली दल दे प्रधान सुखबीर बादल वालों अज अकाली दल दे उम्मीदवारां दे हक विच प्रचार करन लई कई थावां ते समागम अते बैठकां दा प्रबंध कीता गया, जिस तों बाद मीडिया नूं संबोधन करदे आ सुखबीर बादल ने कहा कि अकाली दल वालों डिप्टी सीएम दलित बनाउण दे ऐलान तों बाद कांग्रेस ने चरणजीत चन्नी नूं पंजाब दा मुख मंत्री बनाया है। इस गल लई कांग्रेस नूं अकाली दल दा धन्नवाद करना चाहिए। पत्रकारां नाल गल्लबात करदिआं बादल ने कहा कि पंजाब दा मुख मंत्री इहो जिहा बनाया जो खुद कोई फैसला नहीं लै सकदा, इत्थों तक कि अपनी कैबिनेट दा फैसला भी नहीं लै सकदा। उन्हां कहा कि रेत माफिया वालिआं नूं कैबिनेट च शामिल किया जा रहा है। उन्हां बठिंडा च खराब हुई फसल दा दौरा करन नूं लै के भी मुख्यमंत्री चन्नी बारे कहा कि दौरा तां कर आए पर किसानां नूं कोई राहत नहीं दित्ती, किसानां कोल पैसा नहीं है, ओह अगली फसल किवें लगाउणगे। बेअदबियां ते नशे दे मुद्दे बारे कहा कि विरोधी पार्टियां सिर्फ चोणां दौरान ही इस नूं मुद्दा बनाउंदियां ने क्योंकि उन्हां कोल कोई होर मुद्दा है ही नहीं। उन्हें भी कहा कि पंजाब दी सरकार दिल्ली तो चलदी है, दिल्ली तो भी कोई एक नहीं सगो तीन तीन जने सरकार चलाउंदे ने। इस तों इलावा उन्हें की कहा, आओ सुनदे आ उन्हां दी ही जवानी। मुख्यमंत्री चन्नी जो स्वीरिंग इन कहते कि जेड़े सैंड माफिया मेरे कोले दरवाजे च ना आउण, इत्थे दे नाल मंत्री मंडल जेड़ा सैंड माफिया दा किंग राणा गुरजीत दा उधर मंत्री बना लिया। सारे कांग्रेसियों टेलीफोन किए गए है कि सारे नहा के पजामे कुर्ते साफ पा के जैकटा पा के पहुंच जाओ। स्वेयरिंग इन दे टाइम च राहुल गांधी ने उत्तर वीसी करनी है, दसूगा कि नाम ਬਲਾ ਜਾਵੇ ਉਹ, ਉਸ ਕਰਕੇ ਉਹ ਤੇ ਜਾਣਗੇ। ਹੁਣ ਸਾਰੇ ਕਾਂਗਰਸੀ ਉੱਤੇ ਬੈਠ ਗਏ। ਇਹ ਗੱਲ ਹੈ, ਸਾਨੂੰ ਬੜੀ ਖੁਸ਼ੀ ਹੈ ਕਿ ਚੰਨੀ ਸਾਹਿਬ ਨੂੰ ਬਣਾਇਆ ਗਿਆ ਹੈ। ਚੰਨੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਨਾ ਚਾਹੀਦਾ ਹੈ। ਜੇ ਅਸੀਂ ਡਿਪਟੀ ਸੀਐਮ ਨਾ ਅਨਾਉਂਸ ਕਰਦੇ ਤੇ ਇਹਨਾਂ ਨੂੰ ਬਣਾਈ ਨਹੀਂ ਸੀ। ਦੂਜੀ ਗੱਲ ਸੋ ਉਹਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ, ਪਰ ਜੇ ਬਣਾਇਆ ਹੈ ਤੇ ਉਸ ਕੁਰਸੀ ਦੀ ਮਰਿਆਦਾ ਕਾਂਗਰਸ ਪਾਰਟੀ ਨੂੰ ਰੱਖਣਾ ਚਾਹੀਦਾ ਹੈ, ਉਹਨੂੰ ਰਬਰ ਸਟੈਂਪ ਨਹੀਂ ਬਣਾਉਣਾ ਚਾਹੀਦਾ। ਤੁਸੀਂ ਦੇਖ ਲਓ, ਮੁੱਖ ਮੰਤਰੀ ਕੈਬਨਿਟ ਦਾ ਫੈਸਲਾ ਨਹੀਂ ਕਰ ਸਕਦਾ, ਮੁੱਖ ਮੰਤਰੀ ਚੀਫ ਸੈਕਟਰੀ ਦਾ ਫੈਸਲਾ ਨਹੀਂ ਕਰ ਸਕਦਾ, ਐਡਵੋਕੇਟ ਜਨਰਲ ਦਾ ਫੈਸਲਾ ਨਹੀਂ ਕਰ ਸਕਦਾ, ਮੁੱਖ ਮੰਤਰੀ ਡੀਜੀਪੀ ਦਾ ਫੈਸਲਾ ਨਹੀਂ ਕਰਦਾ। ਕੋਈ ਸਿੱਧੂ ਕਹਿੰਦਾ ਆਹ ਬਣਾਓ, ਕੋਈ ਸੁੱਕੀ ਕਹਿੰਦਾ ਆਹ ਬਣਾਓ, ਉਹਦੇ ਵਿਚਾਰੇ ਕੋਲੇ ਇਕੱਲੇ ਦਸਖਤ ਕਰਾਉਣ ਵਾਸਤੇ ਆਉਂਦੇ ਹੈ, ਉਹਨੂੰ ਤਾਂ ਪੁੱਛਦੇ ਨਹੀਂ, ਉਹਨੂੰ ਤਾਂ ਇਕੱਲੇ ਭੰਗੜੇ ਪਾਉਣ ਵਾਸਤੇ ਰੱਖਿਆ। ਜਿੰਨੇ ਜਿੰਨੇ ਮੰਤਰੀਆਂ ਨੇ ਲੁੱਟਿਆ, ਜਿੰਨੇ ਜਿੰਨੇ ਕਬਜ਼ੇ ਕੀਤੇ ਆ, ਸਾਰਿਆਂ ਦਾ ਇਨਕੁਆਇਰੀ ਕੀਤੀ ਜਾਊਗੀ, ਇੱਕ ਸਪੈਸ਼ਲ ਕਮਿਸ਼ਨ ਬਣਾਇਆ ਜਾਊਗਾ ਜਿਹੜਾ ਸਾਰੇ ਜਿਹੜੇ ਤੁਸੀਂ ਦੇਖ ਲਓ, ਬਲਬੀਰ ਸਿੱਧੂ ਸਰਕਾਰੀ ਜ਼ਮੀਨਾਂ ਤੋਂ ਲੈ ਕੇ ਕੋਈ ਛੱਡਿਆ ਨਹੀਂ ਮੁਹਾਲੀ 'ਚ, ਉਵੇਂ ਆਸ਼ੂ ਨੇ ਲੁਧਿਆਣੇ ਵਿੱਚ ਸਾਰੀ ਜਿੰਨੇ ਜ਼ਮੀਨਾਂ ਦੇ ਭਾਵੇਂ ਇੰਪਰੂਵਮੈਂਟ ਟਰੱਸਟ ਦੇ ਟੈਂਡਰ ਹੈ ਤੋਂ ਲੈ ਕੇ ਸਾਰਾ ਕੁਛ ਮੈਨੀਪੁਲੇਟਡ ਹੈ ਇੱਥੇ, ਉਵੇਂ ਹੀ ਦੂਜੇ ਮੰਤਰੀ ਹੈ। ਤੇ ਹੁਣ ਜਿਹੜੇ 3 ਮਹੀਨੇ ਤਾਂ ਹੁਣ ਤਾਂ ਉਹਨਾਂ ਨੇ ਹੱਥ ਖੁੱਲੇ ਕਰ ਲਏ ਹੈ, ਤੋ ਮੈਂ ਸਾਰੇ ਫੈਸਲੇ ਪਿਛਲੇ 3 ਮਹੀਨੇ ਦੇ ਰਿਵਿਊ ਹੋਣਗੇ। ਪੰਜਾਬ ਦੀ ਸਰਕਾਰ ਬਣੂਗੀ, ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰੇ ਸਾਂਝ ਕਾਇਮ ਹੋਊਗੀ, ਪੰਜਾਬ ਨੂੰ ਵਾਪਸ ਉਹ ਗਲੋਰੀਅਸ ਡਿਵੈਲਪਮੈਂਟ ਫੇਜ਼ 'ਚ ਲਿਆਂਦਾ ਜਾਊਗਾ ਜਿਹੜਾ ਤੁਸੀਂ 5 ਸਾਲ ਦੇਖਿਆ। ਜਿਹੜੀ ਤੁਹਾਡੀ ਜ਼ਿੰਦਗੀ ਬਦਲੀ ਹੈ, ਲੁਧਿਆਣੇ ਸ਼ਹਿਰ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹੈ, ਜਿਹੜੀ ਇੱਥੋਂ ਸੜਕਾਂ ਬਣੀਆਂ, ਬਿਜਲੀ ਬਣ, ਪਾਵਰ ਸੈਂਟਰ ਹੈ, ਰਿੰਗ ਰੋਡਸ ਬਣੀਆਂ, ਜੇ ਨਹੀਂ ਤਾਂ ਅੱਜ ਲੁਧਿਆਣਾ ਚੋਕ ਹੋਣਾ ਸੀ। ਜਿੰਨੀ ਡਿਵੈਲਪਮੈਂਟ ਕੀਤੀ ਹੈ ਸਾਰੀ ਰੁਕ ਗਈ ਹੈ, ਤੇ ਉਹ ਫੇਸ ਨੂੰ ਵਾਪਸ ਲਿਆਉਂਗੇ। ਮੁੱਖ ਮੰਤਰੀ ਹੋਊਗਾ ਜਿਹੜਾ ਲੁਧਿਆਣੇ 'ਚ ਘੱਟ ਵੱਧ 3-4 ਵਾਰ ਮਹੀਨੇ 'ਚ ਜ਼ਰੂਰ ਆਊਗਾ ਬਹਿ ਕੇ, ਕਿਉਂਕਿ ਆਹ ਦਿਲ ਹੈ ਪੰਜਾਬ ਦਾ। ਅਪਡੇਟਸ ਲਈ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਨਾਲ।